ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਹੋਰ ਕੀ ਹਾਲ ਵੀਰ ਜੀ ਸਾਰਿਆਂ ਦਾ? ਸਾਰੀ ਸਾਧ ਸੰਗਤ ਜਾਣਦੀ ਕਿ ਇਸ ਮਹੀਨੇ ਵਿੱਚ 23 ਸਤੰਬਰ ਨੂੰ ਪਰਮਪਿਤਾ ਸ਼੍ਰੀ ਸਤਨਾਮ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ੀ ਸੀ, ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਔਰ ਜੋ ਹਾਲਾਤ ਬਣੇ ਹੋਏ ਹੈ ਤਾਂ ਸਭ ਕੁਝ ਰਜਾ ਵਿੱਚ, ਪਰ ਦੇਖ ਕੇ ਦੁੱਖ ਹੁੰਦਾ ਹੈ ਕਿ ਕਿਸੇ ਨੇ ਵੀ ਇੰਨੇ ਝੂਠ ਦੇ ਖਿਲਾਫ ਜ਼ੁਬਾਨ ਨਹੀਂ ਖੋਲ੍ਹੀ ਆਪਣੀ, ਸਭ ਦੀ ਜ਼ੁਬਾਨ 'ਤੇ ਜਿੰਦਰੇ ਲੱਗੇ ਹੋਏ ਆ। ਪਰ ਫਿਰ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸਾਡਾ ਵੀ ਕੋਈ ਮਾਲਕ ਆ, ਸਾਡਾ ਵੀ ਰੱਬ ਹੈਗਾ। ਮਾਲਕਾਂ ਮਾਲਕਾਂ ਦਾ ਝਗੜਾ ਹੈ, ਸਾਡੀ ਡਿਊਟੀ ਸਿਰਫ ਸਿਮਰਨ ਕਰਨਾ, ਸੇਵਾ ਕਰਨਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਜੋ ਆਰਮੀ ਨੂੰ ਖੂਨ ਦਿੰਦੇ ਹਾਂ ਅਸੀਂ ਉਹੀ ਜੋ ਆਰਮੀ ਨੂੰ ਖੂਨ ਦਿੰਦੇ ਹਾਂ ਅਸੀਂ ਉਹੀ ਕੋਈ ਕਹਿੰਦਾ ਗੁੰਡੇ ਅਤੇ ਕਿਤੇ ਕਿਤੇ ਦੇਸ਼ ਧਰੋਹੀਆਂ ਕਿਸੇ ਦੇ ਲਈ ਗੁੰਡੇ ਕਿਤੇ ਦੇਸ਼ ਧਰੋਹੀਆਂ ਨਿੱਤ ਬੇਗੁਨਾਹੀਆਂ ਦੀ ਭੁਗਤ ਦੇ ਪੇਸ਼ੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਹੋਏ ਲੱਥ ਪੱਥ ਅਸੀਂ ਆਪਣੇ ਹੀ ਖੂਨ ਵਿੱਚ ਤਾਂ ਵੀ ਪੂਰਾ ਰੱਖਦੇ ਯਕੀਨ ਕਾਨੂੰਨ ਵਿੱਚ ਹੋਏ ਲੱਥ ਪੱਥ ਅਸੀਂ ਆਪਣੇ ਹੀ ਖੂਨ 'ਚ ਤਾਂ ਵੀ ਪੂਰਾ ਰੱਖਦੇ ਯਕੀਨ ਕਾਨੂੰਨ 'ਚ ਖਾ ਗਏ ਸੀਨੇ ਗੋਲੀ ਤਾਂ ਵੀ ਵੱਜਦੇ ਕਲੇਸ਼ੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਯਾਦ ਰੱਖੋ ਉੱਤੇ ਇੱਕ ਰੱਬ ਦੀ ਅਦਾਲਤ ਯਾਦ ਰੱਖੋ ਉੱਤੇ ਇੱਕ ਰੱਬ ਦੀ ਅਦਾਲਤ ਖੁਦ ਜੱਜ ਖੁਦ ਖੁਦਾ ਕਰਦਾ ਵਕਾਲਤ ਖੁਦ ਜੱਜ ਖੁਦ ਖੁਦਾ ਕਰਦਾ ਵਕਾਲਤ ਗੁਰੂ ਸਾਡਾ ਪੂਰਾ ਅਸੀਂ ਪੂਰੇ ਉਹਦੇ ਪੇਤੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ ਗੁਰੂ ਦਾ ਬਚਣ ਅਸੀਂ ਸਿਰ ਮੱਥੇ ਥਰਦੇ
ਖੁਦ ਭੁੱਖੇ ਰਹਿ ਕੇ ਢਿੱਡ ਭੁੱਖਿਆਂ ਦਾ ਭਰ ਦੇ, ਖੁਦ ਭੁੱਖੇ ਰਹਿ ਕੇ ਢਿੱਡ ਭੁੱਖਿਆਂ ਦਾ ਭਰ ਦੇ, ਜ਼ੁਲਮਾਂ ਦੇ ਓਲੇ ਕਦੇ ਲੁਕਣ ਨਾ ਨੇਕੀਆਂ, ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ, ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ, ਆਪਣੇ ਹੀ ਦੇਸ਼ ਵਿੱਚ ਅਸੀਂ ਹੋਏ ਪਰਦੇਸੀਆਂ, ਜੋ ਆਰਮੀ ਨੂੰ ਖੂਨ ਦਿੰਦੇ ਹਾਂ ਅਸੀਂ ਉਹੀ ਆਂ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।